श्री अकाल, वाहिगुरु जी का खालसा, वाहिगुरु जी की फतेह। आप समूह किसानां नूं जिथे पिछले दिनां दे विच तन तन साहिब श्री गुरु नानक देव जी महाराज जी दे प्रकाश पर्व दे मौके ते मोदी सरकार वल्लों तीन काले कानून वापस लैण दा वायदा कीता गया, उस दी जिथे आप सब नूं वधाई मुबारकबाद देनी बनदी है। आप सारे ने तकड़े होके उस लड़ाई नूं लड़िया है। बड़ी पद्धर दे उत्ते साडे उन्हां शहीदां योधियां दा योगदान है जिन्हां ने अपनियां जानां दीआं आहुतियां दे के इस मोर्चे नूं मजबूती दित्ती और अज मोर्चा जित्तिया गया। जिन्ना जित्तिया हजे पूरा नहीं जित्तिया गया, भावें हजे 50% मोर्चा जित्तिया गया, इहदा वी सिरा साडे उन्हां शहीदां नूं जांदा है या साडे NRI वीरां नूं जांदा है ਜਾਂ ਸਾਡੇ ਉਹਨਾਂ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕੀਤੀ ਜਾਂ ਹਰ ਉਸ ਵਿਅਕਤੀ ਨੂੰ ਜਾਂਦਾ ਹੈ ਜਿਹਨੇ ਸਾਡੇ ਇਸ ਮੋਰਚੇ ਨੂੰ ਤਕੜਾ ਕੀਤਾ ਤੇ ਮਜ਼ਬੂਤ ਕੀਤਾ ਹੈ। ਪਿਆਰੇ ਦੋਸਤੋ, ਆਪਾਂ ਤਿੰਨ ਕਾਨੂੰਨਾਂ ਦੀ ਲੜਾਈ ਲੜਦੇ ਸੀ। ਤਿੰਨ ਕਾਨੂੰਨਾਂ ਦੀ ਲੜਾਈ ਲੜਨ ਦਾ ਜਿਹੜਾ ਮੁੱਖ ਕਾਰਨ ਸੀ, ਆਪਾਂ ਇਹ ਗੱਲ ਸਮਝਦੇ ਸੀ ਕਿ ਲੁਕਵੇਂ ਢੰਗ ਦੇ ਨਾਲ ਭਾਰਤ ਸਰਕਾਰ ਸਾਡੀ MSP ਨੂੰ ਖੋਣ ਲੱਗੀ ਹੋਈ ਹੈ। MSP ਖੋਣ ਦੀ ਤਿਆਰੀ ਚ ਹੈ। ਜਿਸ ਤਰੀਕੇ ਦੇ ਨਾਲ ਮੰਡੀਆਂ ਖਤਮ ਹੋਣੀਆਂ, ਮੰਡੀਆਂ ਖਤਮ ਕਰਕੇ FCI ਨੂੰ ਖਤਮ ਕਰਨਾ ਸੀ। FCI ਖਤਮ ਹੋਣ ਤੋਂ ਬਾਅਦ ਸਾਡੀ MSP ਆਪਣੇ ਆਪ ਖਤਮ ਹੋ ਜਾਣੀ ਸੀ। ਉਹਦੇ ਤੇ ਆਪਾਂ ਤਕੜੇ ਹੋ ਕੇ ਲੜਿਆ, ਉੱਥੇ ਨੱਕਾ ਲਾਇਆ, ਉਹਨੂੰ ਰੋਕ ਲਿਆ ਗਿਆ ਭਾਵੇਂ, ਪਰ ਹਜੇ MSP ਦੀ ਲੜਾਈ ਬਾਕੀ ਹੈ। MSP ਦੇ ਉੱਤੇ ਆਪਾਂ ਅੰਦੋਲਨ ਜਾਰੀ ਹੈ ਦੋਸਤੋ, ਕਿਉਂਕਿ ਉਹੀ ਲੜਾਈ ਜਿਹੜੀ ਅਸੀਂ ਤਿੰਨ ਕਾਲੇ ਕਾਨੂੰਨਾਂ ਤੇ ਲੜੀ ਹੈ ਉਹਦਾ ਦੂਸਰਾ ਰੂਪ ਹੀ ਹੈ MSP ਦੀ ਲੜਾਈ। ਕਿਉਂਕਿ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਸਾਡਾ ਪੰਜਾਬ ਗਵਰਨਮੈਂਟ ਨੇ ਐਲਾਨ ਕੀਤਾ ਸੀ ਕਿ ਏਕੜ ਦਾ 25 ਕੁਇੰਟਲ ਝੋਨਾ ਹੀ ਖਰੀਦਿਆ ਜਾਏਗਾ, ਤੇ ਜੇ 25 ਕੁਇੰਟਲ ਪ੍ਰਤੀ ਏਕੜ ਝੋਨਾ ਖਰੀਦਣ ਦੀ ਗੱਲ ਸੀ, ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇ ਕਿਸੇ ਕਿਸਾਨ ਦਾ 30 ਕੁਇੰਟਲ ਨਿਕਲਿਆ ਜਾਂ 32 ਕੁਇੰਟਲ ਨਿਕਲਿਆ ਜਾਂ 34 ਕੁਇੰਟਲ ਨਿਕਲਿਆ, ਉੱਪਰਲਾ 7-8-9 ਕੁਇੰਟਲ ਝੋਨਾ ਕਿਸੇ ਨੇ ਨਹੀਂ ਖਰੀਦਣਾ ਸੀ, ਇਹਦਾ ਮਤਲਬ ਉਸ 9 ਕੁਇੰਟਲ ਝੋਨੇ ਲਈ ਤੁਹਾਡੀ ਖਰੀਦ ਏਜੰਸੀ, ਤੁਹਾਡੀ ਖਰੀਦ ਪਾਲਿਸੀ ਖਤਮ। ਇਸ ਕਰਕੇ ਇਹਨੇ ਆਹਿਸਤਾ ਆਹਿਸਤਾ 25 ਕੁਇੰਟਲ ਤੋਂ ਅਗਲੇ ਸਾਲ 24 ਕੁਇੰਟਲ ਤੇ ਆਉਣਾ ਸੀ, ਅਗਲੇ ਸਾਲ 23 ਕੁਇੰਟਲ ਤੇ ਆਉਣਾ ਸੀ, ਅਗਲੇ ਸਾਲ 20 ਕੁਇੰਟਲ ਤੇ ਆਉਣਾ ਸੀ, ਜਿਸ ਤਰ੍ਹਾਂ ਹਰਿਆਣੇ ਦੇ ਵਿਚ ਆ ਰਹੀ ਹੈ, ਰਾਜਸਥਾਨ ਦੇ ਵਿਚ ਆ ਰਹੀ ਹੈ। ਸੋ ਇਸ ਕਰਕੇ ਦੋਸਤੋ, ਇਹ ਕਿਉਂ ਹੋ ਰਿਹਾ ਸਾਰਾ ਕੁਛ? ਇਹਦੀ ਮੇਨ ਵਜ੍ਹਾ ਹੈ ਕਿ ਜਿਸ ਗੈਟ ਦੇ ਖਿਲਾਫ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਗੈਟ ਦੇ ਵਿੱਚੋਂ ਨਿਕਲ ਕੇ ਕਾਨੂੰਨ ਆਏ ਨੇ ਤੇ ਉਸੇ ਗੈਟ ਦੇ ਵਿੱਚੋਂ ਇਹ ਪਾਲਿਸੀ ਨਿਕਲ ਕੇ ਆਈ ਹੈ। ਗੈਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਜਿੰਨਾ ਵੀ ਸਮਾਨ ਖਾਂਦਾ, ਚਾਹੇ ਉਹ ਤੇਲ ਬੀਜ ਨੇ ਤੇਲ ਖਾਂਦਾ, ਚਾਹੇ ਉਹ ਦਾਲਾਂ ਖਾਂਦਾ, ਚਾਹੇ ਉਹ ਸਬਜ਼ੀਆਂ ਖਾਂਦਾ, ਚਾਹੇ ਉਹ ਫਰੂਟ ਖਾਂਦਾ, ਚਾਹੇ ਉਹ ਅਨਾਜ ਖਾਂਦਾ, ਉਹਦਾ 8%, 8.5% ਬਾਹਰ ਤੋਂ ਮੰਗਾਉਣਾ ਪਏਗਾ। ਇਹ ਸਨ 2005 ਤੋਂ ਲਾਗੂ ਆ ਗੱਲ, ਔਰ ਹਰ ਸਾਲ ਉਹਦੇ ਨਾਲ 0.8% ਵਾਧਾ ਹੁੰਦਾ ਜਾਏਗਾ, ਔਰ ਇਹ ਅੱਜ ਦੇ ਹਾਲਾਤਾਂ ਦੇ ਵਿੱਚ ਜੇ ਜੋੜੀਏ ਤਾਂ ਲਗਭਗ 22% ਦੇ ਕਰੀਬ ਬਣਦਾ। ਇਹ 22% ਸਾਡਾ ਅਨਾਜ, ਸਾਡੀਆਂ ਦਾਲਾਂ, ਸਾਡਾ ਤੇਲ ਬੀਜ, ਸਾਡੀਆਂ ਸਬਜ਼ੀਆਂ, ਸਾਡਾ ਫਰੂਟ, ਇਹ ਬਾਹਰ ਤੋਂ ਮੰਗਾਇਆ ਜਾਣਾ ਹੈ, ਤੇ ਜਿੰਨਾ ਇਹ ਬਾਹਰ ਤੋਂ ਆਉਣਾ ਹੈ ਓਨਾ ਸਾਡੇ ਦੇਸ਼ ਦੇ ਕਿਸਾਨਾਂ ਦਾ ਰੁਲਦਾ ਜਾਣਾ ਹੈ। ਉਹਦੀ ਇਸ ਤਰੀਕੇ ਦੇ ਨਾਲ ਇਸ ਖਰੀਦ ਪਾਲਿਸੀ ਤੋਂ ਭਜਦੇ ਜਾਣਾ ਸਰਕਾਰ ਨੇ। ਸੋ ਇਸ ਲਈ ਸਾਡੀ ਅਪੀਲ ਹੈ ਦੋਸਤੋ, ਇਹ ਵੀ ਲੜਾਈ ਉਹੀ ਹੈ ਜੋ ਲੜਾਈ ਅਸੀਂ ਤਿੰਨ ਕਾਨੂੰਨਾਂ ਦੀ ਲੜੇ ਹਾਂ। MSP ਦੀ ਲੜਾਈ ਵੀ ਉਹੀ ਹੈ। ਆਪ ਸਭ ਨੂੰ ਇੱਕ ਜਾਣਕਾਰੀ ਦੇਣੀ ਬਣਦੀ ਹੈ ਕਿ ਥੋੜੇ ਦਿਨਾਂ ਦੇ ਵਿੱਚ, 1-2 ਦਿਨਾਂ ਦੇ ਵਿੱਚ ਜਨੇਵਾ ਦੇ ਵਿੱਚ WTO ਦੀ ਮੀਟਿੰਗ ਹੋਣ ਲੱਗੀ ਹੈ। ਉਹਦੇ ਵਿੱਚ ਭਾਰਤ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜਿੰਨਾ ਅਨਾਜ ਭਾਰਤ ਦੇ ਵਿੱਚ ਹੁੰਦਾ ਹੈ ਉਹਦੇ ਵਿੱਚੋਂ ਕੇਵਲ 15% ਹੀ ਅਨਾਜ ਭਾਰਤ ਸਰਕਾਰ ਕਿਸਾਨਾਂ ਦਾ ਖਰੀਦੇ, ਬਾਕੀ ਖੁੱਲੀ ਮਾਰਕੀਟ ਤੇ ਛੱਡੇ। ਤਾਂ ਇਹ ਮੇਰੇ ਦੋਸਤੋ, ਅਗਰ ਅਸੀਂ ਅੱਜ ਦੀ ਲੜਾਈ ਨੂੰ ਨਾ ਲੜੇ ਤਕੜੇ ਹੋ ਕੇ, ਤਾਂ ਸਰਕਾਰ ਤੁਹਾਡੀ ਫਸਲ ਖਰੀਦਣ ਤੋਂ ਭੱਜੇਗੀ। ਇਸ ਲਈ
ਅੱਜ ਤਕੜੇ ਹੋਵੋ, ਸਰਕਾਰ ਤੇ ਤੁਹਾਡਾ ਦਬਾਅ ਬਣਿਆ ਹੋਇਆ। ਜਿਸ ਤਰ੍ਹਾਂ ਦੀਆਂ ਜਿਮਨੀ ਚੈਨ ਚੋਣਾਂ ਦੀਆਂ ਇਲੈਕਸ਼ਨਾਂ ਦਾ ਰਿਜ਼ਲਟ ਮਿਲਿਆ ਬੀਜੇਪੀ ਨੂੰ, ਔਰ ਆਉਣ ਵਾਲੀਆਂ ਜਿਹੜੀਆਂ ਬਾਕੀ ਸਟੇਟਾਂ ਦੀਆਂ ਇਲੈਕਸ਼ਨਾਂ ਹੈ, ਉਹਦੇ ਵਿਚ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਬੀਜੇਪੀ ਇਸ ਵੇਲੇ ਤੁਹਾਡੀ MSP ਦੀ ਗਰੰਟੀ ਦੇਣ ਲਈ ਵੀ ਤਿਆਰ ਹੋ ਸਕਦੀ ਹੈ, ਅਗਰ ਤੁਸੀਂ ਤਕੜੇ ਹੋ ਕੇ ਲੜਦੇ ਹੋ ਤਾਂ। ਮੇਰੇ ਦੋਸਤੋ, ਜਦੋਂ MSP ਦੀ ਗਰੰਟੀ ਦੇਗੀ, ਉਦੋਂ ਸਰਕਾਰ ਦੀ ਮਜਬੂਰੀ ਬਣੇਗੀ ਕਿ ਗੈਟ ਦੇ ਵਿੱਚੋਂ ਭਾਰਤ ਬਾਹਰ ਆਵੇ। ਸੋ ਇਸ ਲਈ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਡੀ ਅਪੀਲ ਹੈ, ਇਹ ਲੜਾਈ ਸਰਕਾਰ ਨੇ ਹਰ ਹਾਲ ਦੇ ਵਿਚ ਅਗਰ ਅਸੀਂ ਢਿੱਲੇ ਰਹੇ ਤਾਂ, ਜਿਵੇਂ WTO ਕਹਿੰਦਾ ਹੈ ਕਿ 15% ਅਨਾਜ ਹੀ ਖਰੀਦਣਾ ਹੈ, ਤੇ ਇਹ ਉਸ ਨੀਤੀ ਦੇ ਅਗਰ ਚੱਲੇ, ਸਾਡੀ ਕਣਕ ਨਹੀਂ ਖਰੀਦੀ ਜਾਏਗੀ, ਸਾਡੀ ਕਿਸੇ ਤਰ੍ਹਾਂ ਵੀ ਝੋਨਾ ਜਾਂ ਹੋਰ ਫਸਲਾਂ ਨਹੀਂ ਖਰੀਦੀਆਂ ਜਾਣਗੀਆਂ। ਮੱਕੀ ਤੁਸੀਂ ਪਹਿਲਾਂ ਦੇਖ ਰਹੇ ਹੋ, ਪੰਜਾਬ ਦੇ ਵਿੱਚੋਂ ਕਦੇ MSP ਦੇ ਉੱਤੇ ਨਹੀਂ ਖਰੀਦੀ ਗਈ, ਤੁਹਾਡੀਆਂ ਦਾਲਾਂ ਕਦੇ MSP ਤੇ ਨਹੀਂ ਖਰੀਦੀਆਂ ਗਈਆਂ। ਸੋ ਇਸ ਲਈ ਸਾਰੀਆਂ ਫਸਲਾਂ MSP ਦਾ ਰੇਟ, MSP ਦੇ ਖਰੀਦਣ ਦੀ ਜਿਹੜੀ ਪਾਲਿਸੀ ਸਰਕਾਰ ਲੈ ਕੇ ਆਵੇ, ਉਹਦੇ ਤੇ ਕਾਨੂੰਨ ਬਣਾਵੇ, ਇਸ ਗੱਲ ਨੂੰ ਲੈ ਕੇ ਆਪਾਂ ਲੜ ਰਹੇ ਹਾਂ। ਇਹ ਹਜੇ ਅੱਧੀ ਲੜਾਈ ਬਾਕੀ ਹੈ। ਸਾਡੀ ਅਪੀਲ ਆ ਸਾਰੇ ਵੀਰਾਂ ਨੂੰ ਕਿ ਕਿਰਪਾ ਕਰਕੇ ਤਕੜੇ ਹੋ ਕੇ ਮੋਰਚੇ ਦੇ ਵਿੱਚ ਸ਼ਾਮਲ ਹੋਵੋ, ਤਾਂ ਕਿ ਇਸ ਮੋਰਚੇ ਨੂੰ ਮਜ਼ਬੂਤ ਕਰੀਏ। ਅੱਧੀ ਲੜਾਈ ਜਿੱਤ ਲਈ, ਅੱਧੀ ਜਿੱਤਣੀ ਬਾਕੀ ਹੈ, ਉਹ ਸਾਰਿਆਂ ਨੇ ਆਪਾਂ ਨੇ ਲੜ ਕੇ ਜਿੱਤ ਲੈਣੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਦੋਸਤੋ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਕਿਸਾਨਾਂ ਨੂੰ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ, ਉਸ ਦੀ ਜਿੱਥੇ ਆਪ ਸਭ ਨੂੰ ਵਧਾਈ ਮੁਬਾਰਕਬਾਦ ਦੇਣੀ ਬਣਦੀ ਹੈ। ਆਪ ਸਾਰਿਆਂ ਨੇ ਤਕੜੇ ਹੋ ਕੇ ਉਸ ਲੜਾਈ ਨੂੰ ਲੜਿਆ, ਵੱਡੀ ਪੱਧਰ ਦੇ ਉੱਤੇ ਸਾਡੇ ਉਹਨਾਂ ਸ਼ਹੀਦਾਂ ਯੋਧਿਆਂ ਦਾ ਯੋਗਦਾਨ ਹੈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀਆਂ ਅਹੁਤੀਆਂ ਦੇ ਕੇ ਇਸ ਮੋਰਚੇ ਨੂੰ ਮਜ਼ਬੂਤੀ ਦਿੱਤੀ, ਔਰ ਅੱਜ ਮੋਰਚਾ ਜਿੱਤਿਆ ਗਿਆ। ਜਿੰਨਾ ਜਿੱਤਿਆ, ਹਜੇ ਪੂਰਾ ਨਹੀਂ ਜਿੱਤਿਆ ਗਿਆ, ਭਾਵੇਂ ਹਜੇ 50% ਮੋਰਚਾ ਜਿੱਤਿਆ ਗਿਆ, ਇਹਦਾ ਵੀ ਸਿਰਾ ਸਾਡੇ ਉਹਨਾਂ ਸ਼ਹੀਦਾਂ ਨੂੰ ਜਾਂਦਾ ਹੈ, ਜਾਂ ਸਾਡੇ NRI ਵੀਰਾਂ ਨੂੰ ਜਾਂਦਾ ਹੈ, ਜਾਂ ਸਾਡੇ ਉਹਨਾਂ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕੀਤੀ, ਜਾਂ ਹਰ ਉਸ ਵਿਅਕਤੀ ਨੂੰ ਜਾਂਦਾ ਹੈ ਜਿਹਨੇ ਸਾਡੇ ਇਸ ਮੋਰਚੇ ਨੂੰ ਤਕੜਾ ਕੀਤਾ ਤੇ ਮਜ਼ਬੂਤ ਕੀਤਾ ਹੈ। ਪਿਆਰੇ ਦੋਸਤੋ, ਆਪਾਂ 3 ਕਾਨੂੰਨਾਂ ਦੀ ਲੜਾਈ ਲੜਦੇ ਸੀ। 3 ਕਾਨੂੰਨਾਂ ਦੀ ਲੜਾਈ ਲੜਨ ਦਾ ਜਿਹੜਾ ਮੁੱਖ ਕਾਰਨ ਸੀ, ਆਪਾਂ ਇਹ ਗੱਲ ਸਮਝਦੇ ਸੀ ਕਿ ਲੁਕਵੇਂ ਢੰਗ ਦੇ ਨਾਲ ਭਾਰਤ ਸਰਕਾਰ ਸਾਡੀ MSP ਨੂੰ ਖੋਣ ਲੱਗੀ ਹੋਈ ਹੈ, MSP ਖੋਣ ਦੀ ਤਿਆਰੀ ਚ ਹੈ। ਜਿਸ ਤਰੀਕੇ ਦੇ ਨਾਲ ਮੰਡੀਆਂ ਖਤਮ ਹੋਣੀਆਂ, ਮੰਡੀਆਂ ਖਤਮ ਕਰਕੇ FCI ਨੂੰ ਖਤਮ ਕਰਨਾ ਸੀ, FCI ਖਤਮ ਹੋਣ ਤੋਂ ਬਾਅਦ ਸਾਡੀ MSP ਆਪਣੇ ਆਪ ਖਤਮ ਹੋ ਜਾਣੀ ਸੀ। ਉਹਦੇ ਤੇ ਆਪਾਂ ਤਕੜੇ ਹੋ ਕੇ ਲੜਿਆ, ਉੱਥੇ ਨੱਕਾ ਲਾਇਆ, ਉਹਨੂੰ ਰੋਕ ਲਿਆ ਗਿਆ ਭਾਵੇਂ, ਪਰ ਹਜੇ MSP ਦੀ ਲੜਾਈ ਬਾਕੀ ਹੈ। MSP ਦੇ ਉੱਤੇ ਆਪਾਂ ਅੰਦੋਲਨ ਜਾਰੀ ਹੈ ਦੋਸਤੋ, ਕਿਉਂਕਿ ਉਹੀ ਲੜਾਈ ਜਿਹੜੀ ਅਸੀਂ 3 ਕਾਲੇ ਕਾਨੂੰਨਾਂ ਤੇ ਲੜੀ ਹੈ, ਉਹਦਾ ਦੂਸਰਾ ਰੂਪ ਹੀ ਹੈ MSP ਦੀ ਲੜਾਈ। ਕਿਉਂਕਿ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਸਾਡਾ ਪੰਜਾਬ ਗਵਰਨਮੈਂਟ ਨੇ ਐਲਾਨ ਕੀਤਾ ਸੀ ਕਿ 1 ਏਕੜ ਦਾ 25 ਕੁਇੰਟਲ ਝੋਨਾ ਹੀ ਖਰੀਦਿਆ ਜਾਏਗਾ, ਤੇ ਜੇ 25 ਕੁਇੰਟਲ ਪ੍ਰਤੀ 1 ਏਕੜ ਝੋਨਾ ਖਰੀਦਣ ਦੀ ਗੱਲ ਸੀ, ਇਹਦਾ ਮਤਲਬ ਕੀ ਨਿਕਲਦਾ ਕਿ ਜੇ ਕਿਸੇ ਕਿਸਾਨ ਦਾ 30 ਕੁਇੰਟਲ ਨਿਕਲਿਆ, ਜਾਂ 32 ਕੁਇੰਟਲ ਨਿਕਲਿਆ, ਜਾਂ 34 ਕੁਇੰਟਲ ਨਿਕਲਿਆ, ਉੱਪਰਲਾ 7-8-9 ਕੁਇੰਟਲ ਝੋਨਾ ਕਿਸੇ ਨੇ ਨਹੀਂ ਖਰੀਦਣਾ ਸੀ, ਇਹਦਾ ਮਤਲਬ ਉਸ 9 ਕੁਇੰਟਲ ਝੋਨੇ ਲਈ ਤੁਹਾਡੀ ਖਰੀਦ ਏਜੰਸੀ, ਤੁਹਾਡੀ ਖਰੀਦ ਪਾਲਿਸੀ ਖਤਮ। ਇਸ ਕਰਕੇ ਇਹਨੇ ਆਹਿਸਤਾ 25 ਕੁਇੰਟਲ ਤੋਂ ਅਗਲੇ ਸਾਲ 24 ਕੁਇੰਟਲ ਤੇ ਆਉਣਾ ਸੀ, ਅਗਲੇ ਸਾਲ 23 ਕੁਇੰਟਲ ਤੇ ਆਉਣਾ ਸੀ, ਅਗਲੇ ਸਾਲ 20 ਕੁਇੰਟਲ ਤੇ ਆਉਣਾ ਸੀ, ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਆ ਰਹੀ ਹੈ, ਰਾਜਸਥਾਨ ਦੇ ਵਿੱਚ ਆ ਰਹੀ ਹੈ। ਸੋ ਇਸ ਕਰਕੇ ਦੋਸਤੋ, ਇਹ ਕਿਉਂ ਹੋ ਰਿਹਾ ਸਾਰਾ ਕੁਛ? ਇਹਦੀ ਮੇਨ ਵਜ੍ਹਾ ਹੈ ਕਿ ਜਿਸ ਗੈਟ ਦੇ ਖਿਲਾਫ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਗੈਟ ਦੇ ਵਿੱਚੋਂ ਨਿਕਲ ਕੇ ਕਾਨੂੰਨ ਆਏ ਨੇ, ਜੇ ਜੋੜੀਏ ਤਾਂ ਲਗਭਗ 22% ਦੇ ਕਰੀਬ ਬਣਦਾ। ਇਹ 22%
ਸਾਡਾ ਅਨਾਜ, ਸਾਡੀਆਂ ਦਾਲਾਂ, ਸਾਡਾ ਤੇਲ ਬੀਜ, ਸਾਡੀਆਂ ਸਬਜ਼ੀਆਂ, ਸਾਡਾ ਫਰੂਟ, ਇਹ ਬਾਹਰ ਤੋਂ ਮੰਗਾਇਆ ਜਾਣਾ ਹੈ ਤੇ ਜਿੰਨਾ ਇਹ ਬਾਹਰ ਤੋਂ ਆਉਣਾ ਹੈ ਓਨਾ ਸਾਡੇ ਦੇਸ਼ ਦੇ ਕਿਸਾਨਾਂ ਦਾ ਰੁਲਦਾ ਜਾਣਾ ਹੈ। ਉਹਦੀ ਇਸ ਤਰੀਕੇ ਦੇ ਨਾਲ ਇਸ ਖਰੀਦ ਪਾਲਿਸੀ ਤੋਂ ਭਜਦੇ ਜਾਣਾ ਸਰਕਾਰ ਨੇ। ਸੋ ਇਸ ਲਈ ਸਾਡੀ ਅਪੀਲ ਆ ਦੋਸਤੋ, ਇਹ ਵੀ ਲੜਾਈ ਉਹੀ ਹੈ ਜੋ ਲੜਾਈ ਅਸੀਂ ਤਿੰਨ ਕਾਨੂੰਨਾਂ ਦੀ ਲੜੇ ਹਾਂ। MSP ਦੀ ਲੜਾਈ ਵੀ ਉਹੀ ਹੈ। ਆਪ ਸਭ ਨੂੰ ਇੱਕ ਜਾਣਕਾਰੀ ਦੇਣੀ ਬਣਦੀ ਹੈ ਕਿ ਥੋੜੇ ਦਿਨਾਂ ਦੇ ਵਿੱਚ, ਇੱਕ ਦੋ ਦਿਨਾਂ ਦੇ ਵਿੱਚ ਜਨੇਵਾ ਦੇ ਵਿੱਚ WTO ਦੀ ਮੀਟਿੰਗ ਹੋਣ ਲੱਗੀ ਹੈ। ਉਹਦੇ ਵਿੱਚ ਭਾਰਤ ਤੇ ਦਬਾਅ ਪਾਇਆ ਜਾ ਰਿਹਾ ਕਿ ਜਿੰਨਾ ਅਨਾਜ ਭਾਰਤ ਦੇ ਵਿੱਚ ਹੁੰਦਾ ਹੈ ਉਹਦੇ ਵਿੱਚੋਂ ਕੇਵਲ 15% ਹੀ ਅਨਾਜ ਭਾਰਤ ਸਰਕਾਰ ਕਿਸਾਨਾਂ ਦਾ ਖਰੀਦੇ, ਬਾਕੀ ਖੁੱਲੀ ਮਾਰਕੀਟ ਤੇ ਛੱਡੇ। ਤਾਂ ਇਹ ਮੇਰੇ ਦੋਸਤੋ, ਅਗਰ ਅਸੀਂ ਅੱਜ ਦੀ ਲੜਾਈ ਨੂੰ ਨਾ ਲੜੇ ਤਕੜੇ ਹੋ ਕੇ, ਤਾਂ ਸਰਕਾਰ ਤੁਹਾਡੀ ਫਸਲ ਖਰੀਦਣ ਤੋਂ ਭੱਜੇਗੀ। ਇਸ ਲਈ ਅੱਜ ਤਕੜੇ ਹੋਵੋ, ਸਰਕਾਰ ਤੇ ਤੁਹਾਡਾ ਦਬਾਅ ਬਣਿਆ ਹੋਇਆ। ਜਿਸ ਤਰ੍ਹਾਂ ਦੀਆਂ ਜਿਮਨੀ ਚੈਨ ਚੋਣਾਂ ਦੀਆਂ ਇਲੈਕਸ਼ਨਾਂ ਦਾ ਰਿਜ਼ਲਟ ਮਿਲਿਆ BJP ਨੂੰ, ਔਰ ਆਉਣ ਵਾਲੀਆਂ ਜਿਹੜੀਆਂ ਬਾਕੀ ਸਟੇਟਾਂ ਦੀਆਂ ਇਲੈਕਸ਼ਨਾਂ ਹੈ ਉਹਦੇ ਵਿੱਚ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ BJP ਇਸ ਵੇਲੇ ਤੁਹਾਡੀ MSP ਦੀ ਗਰੰਟੀ ਦੇਣ ਲਈ ਵੀ ਤਿਆਰ ਹੋ ਸਕਦੀ ਹੈ, ਅਗਰ ਤੁਸੀਂ ਤਕੜੇ ਹੋ ਕੇ ਲੜਦੇ ਹੋ। ਤਾਂ ਮੇਰੇ ਦੋਸਤੋ, ਜਦੋਂ MSP ਦੀ ਗਰੰਟੀ ਦੇਵੇਗੀ ਉਦੋਂ ਸਰਕਾਰ ਦੀ ਮਜਬੂਰੀ ਬਣੇਗੀ ਕਿ ਗੈਟ ਦੇ ਵਿੱਚੋਂ ਭਾਰਤ ਬਾਹਰ ਆਵੇ। ਸੋ ਇਸ ਲਈ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਡੀ ਅਪੀਲ ਹੈ, ਇਹ ਲੜਾਈ ਸਰਕਾਰ ਨੇ ਹਰ ਹਾਲ ਦੇ ਵਿੱਚ, ਅਗਰ ਅਸੀਂ ਢਿੱਲੇ ਰਹੇ ਤਾਂ ਜਿਵੇਂ WTO ਕਹਿੰਦਾ ਹੈ ਕਿ 15% ਅਨਾਜ ਹੀ ਖਰੀਦਣਾ ਹੈ, ਤੇ ਇਹ ਉਸ ਨੀਤੀ ਦੇ ਅਗਰ ਚੱਲੇ ਸਾਡੀ ਕਣਕ ਨਹੀਂ ਖਰੀਦੀ ਜਾਏਗੀ, ਸਾਡੀ ਕਿਸੇ ਤਰ੍ਹਾਂ ਵੀ ਝੋਨਾ ਜਾਂ ਹੋਰ ਫਸਲਾਂ ਨਹੀਂ ਖਰੀਦੀਆਂ ਜਾਣਗੀਆਂ। ਮੱਕੀ ਤੁਸੀਂ ਪਹਿਲਾਂ ਦੇਖ ਰਹੇ ਹੋ, ਪੰਜਾਬ ਦੇ ਵਿੱਚੋਂ ਕਦੇ MSP ਦੇ ਉੱਤੇ ਨਹੀਂ ਖਰੀਦੀ ਗਈ, ਤੁਹਾਡੀਆਂ ਦਾਲਾਂ ਕਦੇ MSP ਤੇ ਨਹੀਂ ਖਰੀਦੀਆਂ ਗਈਆਂ। ਸੋ ਇਸ ਲਈ ਸਾਰੀਆਂ ਫਸਲਾਂ MSP ਦਾ ਰੇਟ, MSP ਦੇ ਖਰੀਦਣ ਦੀ ਜਿਹੜੀ ਪਾਲਿਸੀ ਸਰਕਾਰ ਲੈ ਕੇ ਆਵੇ, ਉਹਦੇ ਤੇ ਕਾਨੂੰਨ ਬਣਾਵੇ, ਇਸ ਗੱਲ ਨੂੰ ਲੈ ਕੇ ਆਪਾਂ ਲੜ ਰਹੇ ਹਾਂ। ਇਹ ਹਜੇ ਅੱਧੀ ਲੜਾਈ ਬਾਕੀ ਹੈ। ਸਾਡੀ ਅਪੀਲ ਆ ਸਾਰੇ ਵੀਰਾਂ ਨੂੰ ਕਿ ਕਿਰਪਾ ਕਰਕੇ ਤਕੜੇ ਹੋ ਕੇ ਮੋਰਚੇ ਦੇ ਵਿੱਚ ਸ਼ਾਮਲ ਹੋਵੋ, ਤਾਂ ਕਿ ਇਸ ਮੋਰਚੇ ਨੂੰ ਮਜ਼ਬੂਤ ਕਰੀਏ। ਅੱਧੀ ਲੜਾਈ ਜਿੱਤ ਲਈ, ਅੱਧੀ ਜਿੱਤਣੀ ਬਾਕੀ ਹੈ, ਉਹ ਸਾਰਿਆਂ ਨੇ ਆਪਾਂ ਨੇ ਲੜ ਕੇ ਜਿੱਤ ਲੈਣੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਦੋਸਤੋ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਕਿਸਾਨਾਂ ਨੂੰ